ਸਤਿ ਸ਼੍ਰੀ ਅਕਾਲ ਜੀ, ਆਈ ਐਮ ਡਾਕਟਰ ਵਿਸ਼ਵ ਗੋਇਲ, ਕੰਸਲਟੈਂਟ ਆਰਥੋਪੈਡਿਕਸ ਟਰਾਮਾ ਐਂਡ ਜੁਆਇੰਟ ਰਿਪਲੇਸਮੈਂਟ ਐਟ ਮਨੀਪਾਲ ਹੋਸਪਿਟਲ ਪਟਿਆਲਾ। ਅੱਜ ਮੇਰੇ ਨਾਲ ਪੇਸ਼ੈਂਟ ਨੇ ਗੁਰਦੀਪ ਸਿੰਘ ਜੀ, ਇਹਨਾਂ ਦੀ ਉਮਰ 18 ਸਾਲ ਹੈ ਅਤੇ ਇਹਨਾਂ ਦੀ ਲਿਗਾਮੈਂਟ ਟੁੱਟ ਗਈ ਸੀ ਗੋਡੇ ਦੀ, ਅਤੇ ਖੇਡਦੇ ਹੋਏ ਅਤੇ ਇਹ ਸਾਡੇ ਕੋਲ ਆਏ। ਅਸੀਂ MRI ਕਰਾ ਕੇ, ਇਵੈਲੂਏਟ ਕਰਕੇ ਇਹਨਾਂ ਨੂੰ ਸਰਜਰੀ ਪਲੈਨ ਕੀਤੀ। ਸਰਜਰੀ ਬਹੁਤ ਅੱਛੀ ਹੋਈ ਹੈ, ਅਸੀਂ ਇਸ 'ਚ ਇਹਨਾਂ ਦਾ ਬਹੁਤ ਅੱਛਾ ਰਿਜ਼ਲਟ ਆਇਆ ਹੈ। ਅੱਜ ਸਾਡੇ ਕੋਲ 3 ਮਹੀਨਿਆਂ ਬਾਅਦ ਰੂਟੀਨ ਫੋਲੋਅਪ 'ਤੇ ਆਉਂਦੇ ਰਹੇ ਨੇ, ਅੱਜ 3 ਮਹੀਨਿਆਂ ਬਾਅਦ ਆਏ ਨੇ, ਇਹ ਸਾਰਾ ਕੁਛ ਕਰ ਪਾਉਂਦੇ ਨੇ। ਹੀ ਇਜ਼ ਵੈਰੀ ਹੈਪੀ, ਇਹ ਆਪਣਾ ਫੀਡਬੈਕ ਸ਼ੇਅਰ ਕਰਨਗੇ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਗੁਰਦੀਪ ਸਿੰਘ ਹੈ ਜੀ, ਅਤੇ ਮੇਰੇ ਸਕੂਲ 'ਚ ਖੇਡਦੇ ਹੋਏ ਰਾਈਟ ਸਾਈਡ ਵਾਲੇ ਗੋਡੇ 'ਤੇ ਸੱਟ ਲੱਗ ਗਈ ਸੀ ਜੀ, ਅਤੇ ਉਹ ਤੋਂ ਬਾਅਦ ਮੈਨੂੰ ਗੋਡੇ ਦੀ ਬਹੁਤ ਪ੍ਰੋਬਲਮ ਆ ਰਹੀ ਸੀ, ਤਾਂ ਮੈਂ ਮਨੀਪਾਲ ਹੋਸਪਿਟਲ ਆਇਆ ਅਤੇ ਡਾਕਟਰ ਵਿਸ਼ਵ ਗੋਇਲ ਨੂੰ ਦਿਖਾਇਆ, ਅਤੇ ਇਹਨਾਂ ਨੇ MRI ਦੱਸੀ ਸਾਨੂੰ, ਅਤੇ ਉਹ ਤੋਂ ਬਾਅਦ ਅਸੀਂ MRI ਵਗੈਰਾ ਕਰਾ ਕੇ, ਅਤੇ ਡਾਕਟਰ ਸਾਹਿਬ ਨੇ ਸਾਨੂੰ ਗੋਡੇ 'ਚ ਨੁਕਸ ਦੱਸਿਆ ਵੀ ਇਹ ਤੁਹਾਨੂੰ ਦਿੱਕਤ ਹੈਗੀ, ਅਤੇ ਡਾਕਟਰ ਸਾਹਿਬ ਨੇ ਸਾਨੂੰ ਫਿਰ ਸਰਜਰੀ ਦਾ ਸੁਜੈਸ਼ਨ ਦਿੱਤੀ, ਸਰਜਰੀ ਨਾਲ ਠੀਕ ਹੋ ਸਕਦਾ। ਅਤੇ ਹੁਣ ਮੈਂ ਆਪਣਾ ਰੂਟੀਨ ਫੋਲੋ ਕਰਦੇ ਹੋਏ ਅਤੇ ਐਕਸਰਸਾਈਜ਼ ਵਗੈਰਾ ਕਰਦੇ ਹੋਏ ਹੁਣ ਠੀਕ ਹੈ ਮੇਰਾ ਗੋਡਾ, ਪਹਿਲਾਂ ਨਾਲ ਬਹੁਤ ਫਰਕ ਹੈਗਾ। ਥੈਂਕ ਯੂ ਡਾਕਟਰ ਵਿਸ਼ਵ ਗੋਇਲ। ਸਤਿ ਸ਼੍ਰੀ ਅਕਾਲ ਜੀ, ਮੇਰੇ ਨਾਂ ਰਵਿੰਦਰ ਸਿੰਘ ਹੈ ਜੀ। ਮੇਰੇ ਬੇਟੇ ਦੇ ਕਾਫੀ 3-4 ਮਹੀਨੇ ਪਹਿਲਾਂ ਗੋਡੇ 'ਤੇ ਸੱਟ ਲੱਗ ਗਈ ਸੀਗੀ ਰਾਈਟ ਸਾਈਡ 'ਤੇ, ਅਤੇ ਇਹਨਾਂ ਦੇ ਲਿਗਾਮੈਂਟ ਫਟ ਗਏ ਸੀਗੇ। ਫਿਰ ਅਸੀਂ ਮਨੀਪਾਲ ਹੋਸਪਿਟਲ ਦੇ ਵਿੱਚ ਆਏ, ਡਾਕਟਰ ਵਿਸ਼ਵ ਗੋਇਲ ਜੀ ਨੂੰ ਇਹਨਾਂ ਦਾ ਟ੍ਰੀਟਮੈਂਟ ਚੈੱਕ ਕਰਾਇਆ, ਅਤੇ ਉਹਨਾਂ ਨੇ ਸਾਨੂੰ ਐਡਵਾਈਸ ਦਿੱਤੀ ਵੀ ਇਹਨਾਂ ਦਾ ਗੋਡਾ ਜਿਹੜਾ ਵੀ ਆਪਰੇਸ਼ਨ ਕਰਨਾ ਪਊਗਾ, ਅਤੇ ਬੇਟਾ ਬਿਲਕੁਲ ਵੀ ਚੱਲ ਨਹੀਂ ਸਕਦਾ ਸੀਗਾ, ਅਤੇ ਆਪਰੇਸ਼ਨ ਤੋਂ ਬਾਅਦ 'ਚ ਬਿਲਕੁਲ ਹੁਣ ਨੋਰਮਲ ਹੋ ਗਏ ਨੇ, ਬੇਟਾ ਹੁਣ ਵਧੀਆ। ਉਹਨਾਂ ਦੀ ਜੋ ਵੀ ਐਡਵਾਈਸ ਦਿੱਤੀ ਹੈ ਠੀਕ ਉਹਦੇ ਫੋਲੋ ਕਰ ਰਹੇ ਨੇ, ਅਤੇ ਅਸੀਂ ਵਿਸ਼ਵ ਗੋਇਲ ਦਾ ਅਤੇ ਮਨੀਪਾਲ ਹੋਸਪਿਟਲ ਦਾ ਧੰਨਵਾਦ ਕਰਦੇ ਹਾਂ। ਥੈਂਕ ਯੂ। ਲਿਗਾਮੈਂਟ ਕੀ ਹੁੰਦਾ? ਐਕਚੁਲੀ ਜੋ ਨੀ ਜੁਆਇੰਟ ਹੁੰਦਾ ਨਾ, ਇਹਨੂੰ 4 ਲਿਗਾਮੈਂਟ ਮੇਨ ਹੁੰਦੀਆਂ ਜਿਹੜੀ ਇਹਨੂੰ ਸਟੇਬਲ ਕਰਦੀਆਂ ਨੇ। ਇੱਕ ਤਾਂ ਐਂਟੀਰੀਅਰ ਕਰੂਸ਼ੀਅਲ ਲਿਗਾਮੈਂਟ ਜਿਹੜੀ ਅੱਗੇ ਨੂੰ ਲਚਕਣ ਤੋਂ ਰੋਕਦੀ ਹੈ, ਇੱਕ ਪੋਸਟੀਰੀਅਰ ਕਰੂਸ਼ੀਅਲ ਲਿਗਾਮੈਂਟ ਜਿਹੜੇ ਪਿੱਛੇ ਨੂੰ ਲਚਕਣ ਤੋਂ ਰੋਕਦੀ ਹੈ, 2 ਸਾਈਡ 'ਤੇ ਲਿਗਾਮੈਂਟ ਹੁੰਦੀ ਹੈ ਜਿਹੜੀ ਸਾਈਡ 'ਤੇ ਗੋਡੇ ਨੂੰ ਝੁੱਲਣ ਨਹੀਂ ਦਿੰਦੀਆਂ, ਅਤੇ ਇੱਕ ਇਹਦੇ ਵਿੱਚ ਵਾਸ਼ਲ ਹੁੰਦੀ ਹੈ ਗੋਲ ਗੋਲ, ਜਿਹਦੇ ਉੱਤੇ ਗੋਡਾ ਰੈਸਟ ਕਰਦਾ। ਜਦੋਂ ਕੋਈ ਵੀ ਲਿਗਾਮੈਂਟ ਟੁੱਟ ਜਾਂਦੀ ਹੈ, ਸਪੈਸ਼ਲੀ ਜਿਹੜੀ ਜੁਆਇੰਟ ਦੇ ਅੰਦਰ ਹੁੰਦੀ ਹੈ ਜਿਵੇਂ ACL ਜਾਂ PCL, ਇਹ ਜੇ ਜੋੜ ਦੇ ਅੰਦਰ ਹੁੰਦੀ ਹੈ, ਇਹ ਲਿਗਾਮੈਂਟ ਭਰਦੀ ਨਹੀਂ ਹੈ, ਇਹਦੇ ਵਿੱਚ ਸਾਨੂੰ ਲਿਗਾਮੈਂਟ ਨਵੀਂ ਬਣਾਉਣੀ ਪੈਂਦੀ ਹੈ। ਜਿਹੜੀ ਜੋੜ ਦੇ ਬਾਹਰ ਹੁੰਦੀ ਆ ਕੋਲੈਟਰਲ ਲਿਗਾਮੈਂਟ, ਇਹ ਫਿਰ ਵੀ ਹੀਲ ਹੋ ਸਕਦੀ ਹੈ, ਅਤੇ ਮੋਸਟ ਆਫ ਦਾ ਟਾਈਮ ਹੀਲ ਹੋ ਜਾਂਦੀ ਹੈ। ਪਰ ਜੇ ਇਹ ਵੀ ਨਾ ਹੋਵੇ ਤਾਂ ਫਿਰ ਆਪਾਂ ਨੂੰ ਇਹਨਾਂ ਵਿੱਚ ਲਿਗਾਮੈਂਟ ਨਾ ਰੀਕੰਸਟਰਕਟ ਕਰਨੀ ਪੈਂਦੀ ਹੈ। ਬਾਡੀ ਦਾ ਖੁਦ ਦਾ ਟਿਸ਼ੂ ਲੈ ਕੇ, ਟੈਂਡਨ ਲੈ ਕੇ, ਅਸੀਂ ਉਹਦੇ ਵਿੱਚ ਲਿਗਾਮੈਂਟ ਬਣਾ ਕੇ, ਦੂਰਬੀਨ ਰਾਹੀਂ ਸਰਜਰੀ ਹੁੰਦੀ ਹੈ, ਜਾਂ ਕਈ ਲੋਕ ਇਹਨੂੰ ਆਰਥੋਸਕੋਪੀ ਸਰਜਰੀ ਕਹਿੰਦੇ ਹਾਂ, ਜਿਵੇਂ ਅਸੀਂ ਇਹਨੂੰ ਇਸ ਆਰਥੋਸਕੋਪੀ ਸਰਜਰੀ, ਬਹੁਤ ਮਿਨੀਮਲ ਚੀਰਾ ਹੁੰਦਾ ਇਹਦੇ ਵਿੱਚ, ਬਹੁਤ ਫਾਸਟ ਰਿਕਵਰੀ ਹੁੰਦੀ ਹੈ। ਅਤੇ ਪੇਸ਼ੈਂਟ ਇਹ ਸਪੈਸ਼ਲੀ ਸਪੋਰਟਸ ਇੰਜਰੀ ਹੈ, ਸਪੈਸ਼ਲੀ ਜਿਵੇਂ ਕਬੱਡੀ ਪਲੇਅਰਸ, ਕੋਈ ਗੇਮ ਖੇਡਦਾ, ਹਾਕੀ, ਕ੍ਰਿਕਟ, ਉਹਨਾਂ ਨੂੰ ਇਹ ਲਿਗਾਮੈਂਟ ਇੰਜਰੀ ਕਾਮਨ ਹੁੰਦੀ ਹੈ। ਸਡਨਲੀ ਭੱਜਦੇ ਜਦੋਂ ਇੱਕ ਵਾਰ ਜਰਕ ਲੱਗ ਜਾਂਦਾ ਹੈ, ਅਤੇ ਇਹ ਕਾਮਨ ਹੈ ਲਿਗਾਮੈਂਟ ਇੰਜਰੀ। ਅਤੇ ਐਕਸੀਡੈਂਟਸ ਤੋਂ ਬਾਅਦ ਜਾਂ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਡਿੱਗ ਗਿਆ, ਤਾਂ ਉਹਦੇ ਨਾਲ ਵੀ ਇਹ ਲਿਗਾਮੈਂਟ ਟੁੱਟ ਸਕਦੀ ਹੈ। ਇਹ ਲਿਗਾਮੈਂਟ ਦੇ ਵਿੱਚ ਇੱਦਾਂ ਹੁੰਦਾ ਕਿ ਆਪਾਂ ਇਹਨੂੰ ਇਵੈਲੂਏਟ ਕਰੋ ਕਲੀਨਿਕਲੀ, ਫਿਰ ਇਹਦਾ MRI ਕਰਾਓ। ਜੇ ਇਹ ਇੰਜਰੀ ਆਉਂਦੀ ਹੈ ਤਾਂ ਇਹਦੀ ਸਰਜਰੀ ਪੋਸੀਬਲ ਹੈ। ਅਸੀਂ ਇੱਥੇ ਮਨੀਪਾਲ ਹੋਸਪਿਟਲ ਦੇ ਵਿੱਚ 5 ਸਾਲਾਂ ਤੋਂ ਇਹ ਸਰਵਿਸਿਸ ਦੇ ਰਹੇ ਹਾਂ। ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਇਸ਼ੂ ਹੋਵੇ, ਉਹ ਕੰਟੈਕਟ ਕਰ ਸਕਦੇ ਨੇ ਸਾਨੂੰ। ਥੈਂਕ ਯੂ ਸੋ ਮਚ।